ਦੇ ਵਿੱਚ ਕੈਪਟਨ ਸਮੇਤ ਚਾਰ ਜਵਾਨ ਸ਼ਹੀਦ ਸ਼ੰਭੂ ਬਾਡਰ ਖੋਲਦਿਆਂ ਹੀ ਦਿੱਲੀ ਕੂਚ ਕਰਾਂਗੇ ਕਿਸਾਨਾਂ ਦਾ ਐਲਾਨ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਹੁਕਮ ਅਨੁਸਾਰ ਸ਼ਰਦਾ ਤੇ ਨਿਮਰਤਾ ਸਹਿਤ ਪੇਸ਼ ਹੋ ਮੰਗਾ ਸੁਖਬੀਰ ਸਿੰਘ ਬਾਦਲ ਬਿਹਾਰ ਵਿੱਚ 22 ਥਾਵਾਂ ਤੇ ਈਡੀ ਦੇ ਛਾਪੇ منی ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਨੀਟ ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲਾ ਕਿੰਗਪੈਨ ਸਮੇਤ ਦੋ ਹੋਰ ਗ੍ਰਿਫਤਾਰ ਤੇਜ ਤਬਾਬਾ ਟੀਵੀ ਦੇ ਖਬਰਾਂ ਦੇ ਇਸ ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਜੰਮੂ ਦੇ ਡੋਡਾ ਜ਼ਿਲ੍ਹੇ ਦੇ ਦੇਸਾ ਇਲਾਕੇ ਵਿੱਚ ਉਰਾਰ ਬੱਗੀ ਦੇ ਜੰਗਲਾਂ ਵਿੱਚ ਸੋਮਵਾਰ ਰਾਤ ਸ਼ੁਰੂ ਹੋਏ ਮੁਕਾਬਲੇ ਦੌਰਾਨ ਸਾਸ ਰਾਸ਼ਟਰੀ ਰਾਈਫਲਸ ਦੇ ਕੈਪਟਨ ਸਮੀਤ ਚਾਰ ਜਵਾਨ ਸ਼ਹੀਦ ਹੋ ਗਏ। ਅਤਵਾਦੀਆਂ ਦੇ ਲੋਕੇ ਹੋਣ ਦੀ ਸੂਚਨਾ ਮਿਲਣ ਤੇ ਦੇਸਾ ਵਿੱਚ ਰਾਤ ਨੂੰ ਹੀ ਤਲਾਸ਼ੀ ਮਹਮ ਚਲਾਈ ਗਈ ਸੀ। ਸੂਤਰਾਂ ਮੁਤਾਬਕ ਜੈਸ਼ੇ ਮੁਹੰਮਦ ਦੇ ਸੰਗਠਨ ਕਸ਼ਮੀਰ ਟਾਈਗਰ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਖਬਰਾਂ ਅਨੁਸਾਰ ਡੋਡਾ ਜ਼ਿਲ੍ਹੇ ਦੇ ਪੀਰ ਪੰਜਾਲ ਰੇਂਜ ਵਿੱਚ ਚਨਾਬ ਨਦੀ ਦੇ ਉੱਤਰੀ ਸਿਰੇ ਤੇ ਸਥਿਤ ਦੇਸਾ ਦੇ ਉਰਾਰ ਬੱਗੀ ਚ ਮੁਕਾਬਲੇ ਦੌਰਾਨ ਕੈਪਟਨ ਵਰਜੇਸ਼ ਥਾਪਾ, ਨਾਇਕ ਡੀ ਰਜੇਸ਼, ਕਾਂਸਟੇਬਲ ਵਿਜੇਂਦਰ ਤੇ ਕਾਂਸਟੇਬਲ ਅਜੇ ਕੁਮਾਰ ਜ਼ਖਮੀ ਹੋ ਗਏ। ਉਹਨਾਂ ਨੂੰ ਨੇੜੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਸ਼ਹਾਦਤ ਦਾ ਜੰਮ ਪੀ ਲਿਆ। ਸ਼ਹੀਦ ਕੈਪਟਨ ਵਰਜੇਸ਼ ਥਾਪਾ ਦੀ ਮਾਂ ਨੀਲਮਾ ਨੇ ਆਪਣੇ ਬੇਟੇ ਦੀ ਸ਼ਹਾਦਤ 'ਤੇ ਮਾਣ ਜਤਾਇਆ ਹੈ। ਉਨਾਰਾ ਕਹਿਣਾ ਹੈ ਕਿ ਜੇ ਅਸੀਂ ਸਭ ਆਪਣੇ ਬੇਟਿਆਂ ਨੂੰ ਸਰਹੱਦ ਤੇ ਨਹੀਂ ਭੇਜਾਂਗੇ ਤਾਂ ਦੇਸ਼ ਲਈ ਕੌਣ ਲੜੇਗਾ। ਥਾਪਾ ਦੇ ਪਿਤਾ ਸੇਵਾਮੁਕਤ ਕਰਨਲ ਭੁਵਨੇਸ਼ ਥਾਪਾ ਦਾ ਕਹਿਣਾ ਹੈ ਕਿ ਵਰਜੇਸ਼ ਸਕੂਲ ਦੇ ਦਿਨਾਂ ਤੋਂ ਹੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ। ਉਹ ਹਮੇਸ਼ਾ ਫੌਜ ਦੀ ਵਰਦੀ ਪਾ ਕੇ ਘੁੰਮਦਾ ਰਹਿੰਦਾ ਸੀ। ਇਹ ਦੁੱਖ ਦੀ ਗੱਲ ਹੈ ਕਿ ਅਸੀਂ ਉਸ ਨੂੰ ਦੁਬਾਰਾ ਨਹੀਂ ਮਿਲ ਸਕਾਂਗੇ ਪਰ ਉਸ ਨੇ ਦੇਸ਼ ਦੇ ਲਈ ਜੋ ਕੁਰਬਾਨੀ ਦਿੱਤੀ ਹੈ ਸਾਨੂੰ ਉਸ ਤੇ ਮਾਣ ਹੈ। ਮੰਗਲਵਾਰ ਨੂੰ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਲੋਰ ਚੰਡੀਗੜ੍ਹ ਦੇ ਕਿਸਾਨ ਪਵਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਦੋਵਾਂ ਬਲੋਂ ਜਗਜੀਤ ਸਿੰਘ ਢੱਲੇਵਾਲ ਅਤੇ ਸਰਜੀਤ ਸਿੰਘ ਫੂਲ ਨੇ ਕਿਹਾ ਕਿ ਜਿਵੇਂ ਕਿ ਸਰਵੋਚ ਅਦਾਲਤ ਵਿੱਚ ਅਗਲੀ ਸੁਣਵਾਈ 22 ਜਲਾਈ ਨੂੰ ਹੋਣ ਜਾ ਰਹੀ ਹੈ ਇਸ ਦੇ ਮੱਦੇਨਜ਼ਰ ਸਾਡਾ ਫੈਸਲਾ ਹੈ ਕਿ ਅਗਰ ਰਸਤੇ ਖੋਲੇ ਜਾਂਦੇ ਹਨ ਤਾਂ ਆਪਣੀਆਂ ਮੰਗਾਂ ਲਈ ਅੰਦੋਲਨਕਾਰੀ ਕਿਸਾਨ ਮਜ਼ਦੂਰ ਦਿੱਲੀ ਕੂਚ ਕਰਨਗੇ। ਉਨਾ ਸਪਸ਼ਟ ਕੀਤਾ ਹੈ ਕਿ ਸਾਡਾ ਸੜਕ ਰੋਕਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ ਆਪਣੀਆਂ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰਨਾ ਸਾਡਾ ਅਧਿਕਾਰ ਹੈ ਉਹਨਾਂ ਕਹੇ ਕਿ ਬੇਸ਼ੱਕ ਹਰਿਆਣਾ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰਸਤਾ ਖੋਲਣ ਲਈ ਕਿਹਾ ਹੈ ਪਰ ਹਾਈ ਕੋਰਟ ਦਾ ਹੁਕਮ ਮੰਨਣ ਦੀ ਬਜਾਏ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਅਤੇ ਬੰਦ ਪਏ ਰਸਤੇ ਤੇ ਬੈਰੀਕੇਡਿੰਗ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਉਨਾਰਾ ਕਹਿਣਾ ਹੈ ਕਿ ਸ਼ਹੀਦ ਸ਼ੁਭਕਰਨ ਦਾ ਕਤਲ ਕਰਨ ਵਾਲੀ ਹਰਿਆਣਾ ਪੁਲਿਸ ਦੇ ਅਫਸਰ ਦੀ ਅਗਵਾਈ ਵਿੱਚ ਬਣੀ ਜਾਂਚ ਕਮੇਟੀ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ। ਉਨਾਰਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਬੇਸ਼ੱਕ ਦਾਵਾ ਕਰ ਰਹੀ ਹੈ ਕਿ ਹਰਿਆਣਾ ਪੁਲਿਸ ਸ਼ਾਰਟ ਗਨ ਦੀ ਵਰਤੋਂ ਨਹੀਂ ਕਰਦੀ ਪਰ 2020 ਦੀਆਂ ਰਿਪੋਰਟਾਂ ਅਨੁਸਾਰ ਹਰਿਆਣਾ ਪੁਲਿਸ ਨੂੰ ਸ਼ਾਰਟ ਗਨ ਚਲਾਉਣ ਦੀ ਸਿਖਲਾਈ ਦਿੱਤੀ ਗਈ ਸੀ। ਇੱਕ ਸ਼ਰਧਾਬਾਨ ਤੇ ਨਿਮਾਣੇ ਸਿੱਖ ਵਜੋਂ ਮੇਰਾ ਰੋਮ-ਰੋਮ ਅਤੇ ਸਵਾਸ-ਸਵਾਸ ਜੁਗੋ-ਜੁਗੋ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਮੇਰੀ ਪੀਰੀ ਦੇ ਸਰਬਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦਿਆਂ ਕੀਤਾ। ਉਨ੍ਹਾਂ ਇਸ ਪੋਸਟ ਵਿੱਚ ਅੱਗੇ ਲਿਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਉਹ ਅ타 ਸ਼ਰਦਾ ਤੇ ਨਿਮਰਤਾ ਸਹਿਤ ਸਰਵੋੱਚ ਅਸਥਾਨ ਤੇ ਪੇਸ਼ ਹੋਣਗੇ ਜਿਕਰ ਜੋ ਹੈ ਕਿ ਅਕਾਲੀ ਦਲ ਤੋਂ ਬਾਗੀ ਹੋਏ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਸੁਖਬੀਰ ਸਿੰਘ ਬਾਦਲ ਤੇ ਕਈ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਪੰਥ ਸਿੰਘ ਸਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਾਲਬ ਕੀਤਾ ਹੈ ਤੇ 15 ਦਿਨਾਂ ਦੇ ਵਿੱਚ ਉਨ੍ਹਾਂ ਤੇ ਲੱਗੇ ਦੋਸ਼ਾਂ ਸੰਬੰਧੀ ਸਪਸ਼ਟੀਕਰਨ ਦੇਣ ਦਾ ਹੁਕਮ ਕੀਤਾ ਗਿਆ ਸੀਬੀਆਈ ਨੇ ਨੈਸ਼ਨਲ ਐਲੀਜੀਬਿਲਟੀ ਕਮ ਐਂਟ੍ਰੈਂਸ ਟੈਸਟ ਨੀਟ ਯੂਜੀ ਪ੍ਰਸ਼ਨ ਪੱਤਰ ਲੀਕ ਮਾਮਲੇ ਵਿੱਚ ਇੱਕ ਕਿੰਗਪਿੰਗ ਪ੍ਰਮੁੱਖ ਮੁਲਜ਼ਮ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਨੇ ਚਾਰਖੰਡ ਦੇ ਹਜਾਰੀ ਬਾਗ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਦੇ ਟਰੰਕ ਚੋਂ ਕਥਿਤ ਤੌਰ ਤੇ ਪ੍ਰਸ਼ਨ ਪੱਤਰ ਚੋਰੀ ਕੀਤਾ ਸੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਉਨ੍ਹਾਂ ਦੱਸਿਆ ਕਿ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਹੀ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਲੀਕ ਨਕਲ ਅਤੇ ਹੋਰ ਬੇਨਿਜਮੀਆਂ ਨਾਲ ਸਬੰਧਤ ਮਾਮਲਿਆਂ ਵਿੱਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਕੁੱਲ 14 ਹੋ ਗਈ ਹੈ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਮਸ਼ੀਦਪੁਰ ਦੇ 2017 ਬੈਚ ਦੇ ਸਿਵਲ ਇੰਜੀਨੀਅਰ ਪੰਕਜ ਕੁਮਾਰ ਉਰਫ ਅਦਿਤਿਆ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਹਜਾਰੀ ਬਾਗ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਐਨਟੀਈ ਦੇ ਟਰੰਕ ਵਿੱਚੋਂ ਨੀਟ ਯੂਜੀ ਦਾ ਪ੍ਰਸ਼ਨ ਪੱਤਰ ਕਥਾ ਤੌਰ ਤੇ ਚੋਰੀ ਕੀਤਾ ਸੀ। ਉਹਨਾਂ ਦੱਸਿਆ ਕਿ ਬਕਾਰੋ ਦੇ ਰਹਿਣ ਵਾਲੇ ਕੁਮਾਰ ਨੂੰ ਪਟਨਾ ਤੋਂ ਗ੍ਰਿਫਤਾਰ ਕੀਤਾ ਗਿਆ। CBI ਨੇ ਰਾਜੂ ਸਿੰਘ ਨਾਲ ਦੇ ਇੱਕ ਹੋਰ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਨੇ ਕਥਤ ਤੌਰ ਤੇ ਕੁਮਾਰ ਨੂੰ ਪ੍ਰਸ਼ਨ ਪੱਤਰ ਚੋਰੀ ਕਰਨ ਅਤੇ گرو ਦੇ ਹੋਰ ਮੈਂਬਰਾਂ ਨੂੰ ਦੇਣ ਵਿੱਚ ਮਦਦ ਕੀਤੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਹਾਰ ਕੇਡਰ ਦੇ ਭਾਰਤੀ ਪ੍ਰਬੰਧਕੀ ਸੇਵਾ IAS ਅਧਿਕਾਰੀ ਸੰਜੀਵ ਹਾਂਸਾ ਤੇ ਰਾਸ਼ਟਰੀ ਜਨਤਾ 당 ਦੇ ਸਾਬਕਾ ਵਿਧਾਇਕ ਗੁਲਾਬ ਜਯਾਦਵ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਵਿੱਚ ਜਾਂਚ ਦੇ ਸਿਲਸਲੇ ਵਿੱਚ ਬਿਹਾਰ ਦਿੱਲੀ ਅਤੇ ਪੁਣੇ ਵਿੱਚ ਕਈ ਕੰਪਲੈਕਸਾਂ ਤੇ ਛਾਪੇਮਾਰੀ ਕੀਤੀ ਹੈ ਹੰਸ 1997 ਬੈਚ ਦੇ ਆਈਏਐਸ ਅਧਿਕਾਰੀ ਹਨ ਤੇ ਮੌਜੂਦਾ ਚ ਬਿਹਾਰ ਊਰਜਾ ਵਿਭਾਗ ਦੇ ਚੀਫ ਸਕੱਤਰ ਵਜੋਂ ਤਾਇਨਾਤ ਹਨ ਸੂਤਰਾਂ ਦਾ ਕਹਿਣਾ ਹੈ ਕਿ ਏਜੰਸੀ ਇਹ ਛਾਪੇਮਾਰੀ منی ਲਾਂਡਰਿੰਗ ਰੋਕथाम ਐਕਟ ਪੀਐਮਐਲਏ ਦੀਆਂ ਵਿਵਸਥਾਵਾਂ ਤਹਿਤ ਕਰ ਰਹੀ ਹੈ ਅਤੇ ਉਸ ਦੀ ਇਹ ਜਾਂਚ ਭ੍ਰਿਸ਼ਟਾਚਾਰ ਅਤੇ ਜ਼ਬਰਨ ਵਸੂਲੀ ਦੇ ਦੋਸ਼ਾਂ ਨਾਲ ਜੁੜੀ ਹੈ ਉਨਾ ਦੱਸਿਆ ਕਿ ਸੂਬੇ ਦੀ ਰਾਜਧਾਨੀ ਪਟਨਾ ਵਿੱਚ ਹੰਸ ਅਤੇ ਯਾਦਵ ਦੇ ਘਰਾਂ ਸਮੇਤ ਲਗਭਗ 22 ਕੰਪਲੈਕਸਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪਟਨਾ ਪੁਲਿਸ ਨੇ ਇੱਕ ਔਰਤ ਨਾਲ ਜਬਰਜਨਾਹ ਕਰਨ, ਬਲੈਕਮੇਲ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿੱਚ ਪਿਛਲੇ ਸਾਲ ਜਨਵਰੀ ਵਿੱਚ ਹੰਸ ਅਤੇ ਯਾਦਵ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ। ਪੀੜਤਾ ਨੇ ਸਥਾਨਕ ਅਦਾਲਤ ਦਾ ਰੋਕ ਕੀਤਾ ਸੀ ਜਿਸ ਦੇ ਹੁਕਮ ਤੇ ਪੁਲਿਸ ਨੇ ਇਹ ਸ਼ਿਕਾਇਤ ਦਰਜ ਕੀਤੀ ਸੀ। ਕੇਂਦਰੀ ਗ੍ਰਹਿ ਤੇ ਸਹਿਕਾਰਤਾ ਮੰਤਰੀ ਅਮਿਸ਼ਾ ਨੇ ਕਿਹਾ ਕਿ ਕਾਂਗਰਸ ਨੇ ਕਰਨਾਟਕ ਵਿੱਚ ਪਛੜੇ ਵਰਗ ਦੇ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦਿਵਾਉਣ ਦਾ ਕੰਮ ਕੀਤਾ ਕਾਂਗਰਸ ਹਰਿਆਣਾ ਵਿੱਚ ਸਤਾ ਵਿੱਚ ਆਈ ਤਾਂ ਇੱਥੇ ਵੀ ਅਜਿਹਾ ਹੀ ਰਹੇਗਾ ਉਨ੍ਹਾਂ ਭਰੋਸਾ ਦਿੱਤਾ ਕਿ ਅਸੀਂ ਹਰਿਆਣਾ ਵਿੱਚ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਨਹੀਂ ਦੇਣ ਦੇਾਂਗੇ ਅਮਿਸ਼ਾ ਮੰਗਲਵਾਰ ਮਹਿੰਦਰਗੜ੍ਹ ਚ ਅਜੋਜਿਤ ਸੂਬਾ ਪਦਰੀ ਪਛੜੀ ਸ਼੍ਰੇੜੀਆਂ ਦੇ ਸਨਮਾਨ ਸਮਰੋਹ ਵਿੱਚ ਮੌਜੂਦ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਾਨੀ ਵੀ ਮੌਜੂਦ ਸਨ ਵਿਰੋਧੀ ਧਿਰ ਤੇ ਨਿਸ਼ਾਨਾ ਵਿੰਦੇ ਹੋਏ ਸ਼ਾਹ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ OBC ਸਮਾਜ ਦੇ ਖਿਲਾਫ ਰਹੀ ਹੈ 1975 ਵਿੱਚ OBC ਦੀ ਰਿਜ਼ਰਵੇਸ਼ਨ ਲਈ ਕਾਕਾ ਸਾਹਿਬ ਕਮਿਸ਼ਨ ਬਣਾਇਆ ਗਿਆ ਕਾਂਗਰਸ ਨੇ ਸਾਲਾਂ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ 1980 ਵਿੱਚ ਇੰਦਰਾ ਗਾਂਧੀ ਨੇ ਮੰਡਲ ਕਮਿਸ਼ਨ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਜਦੋਂ ਇਹ 1990 ਵਿੱਚ ਲਿਆਂਦਾ ਗਿਆ ਸੀ ਤਾਂ ਰਜੀਵ ਗਾਂਧੀ ਨੇ 2 ਘੰਟੇ 43 ਮਿੰਟ ਦਾ ਭਾਸ਼ਣ ਦੇ ਕੇ OBC ਲਈ ਰਿజర్వేਸ਼ਨ ਦਾ ਵਿਰੋਧ ਕੀਤਾ ਸੀ। ਭਾਰਤ ਨੇ ਮੰਗਲਵਾਰ ਨੂੰ 346 ਫੌਜੀ ਹਾਰਡਵੇਅਰ ਦੀ ਨਵੀਂ ਸੂਚੀ ਦਾ ਐਲਾਨ ਕੀਤਾ ਹੈ ਜਿਸ ਵਿੱਚ ਰਣਨੀਤਿਕ ਤੌਰ ਤੇ ਮਹੱਤਵਪੂਰਨ ਪ੍ਰਣਾਲੀਆਂ ਤੇ ਹਥਿਆਰ ਸ਼ਾਮਲ ਹਨ। ਇਹਨਾਂ ਨੂੰ ਇੱਕ ਨਿਸ਼ਚਿਤ ਸਮਾਂ ਹੱਦ ਦੇ ਅੰਦਰ ਉਹਨਾਂ ਦੀ ਇਬਤਰਾਮਦ ਅਤੇ ਪਾਬੰਦੀ ਲਾਗੂ ਹੋਣ ਤੋਂ ਬਾਅਦ ਸਰਕਾਰ ਵੱਲੋਂ ਸੰਚਾਲਿਤ ਘਰੇਲੂ ਨਿਰਮਾਣ ਯੂਨਿਟਾਂ ਤੋਂ ਖਰੀਦਿਆ ਜਾਵੇਗਾ। ਰੱਖਿਆ ਮੰਤਰਾਲਾ ਨੇ ਕਿਹਾ ਹੈ ਕਿ ਘਰੇਲੂ ਰੱਖਿਆ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਿਛਲੇ 3 ਸਾਲਾਂ ਵਿੱਚ 12300 ਤੋਂ ਵੱਧ ਵਸਤੂਆਂ ਦਾ ਸਰਦੇਸ਼ੀਕਰਨ ਕੀਤਾ ਜਾ ਚੁੱਕਾ ਹੈ ਮੰਤਰਾਲਾ ਦਾ ਕਹਿਣਾ ਹੈ ਕਿ 346 ਵਸਤਾਂ ਵਾਲੀ 5ਵੀਂ ਹਾਪੱਖੀ ਸਰਦੇਸ਼ੀ ਸੂਚੀ ਨੂੰ ਨੋਟੀਫਾਈ ਕੀਤਾ ਗਿਆ ਹੈ ਅਤੇ ਇਹ ਵਸਤੂਆਂ ਦਾ ਉਤਪਾਦਨ ਰੱਖਿਆ ਸੈਕਟਰ ਪਬਲਿਕ ਅੰਡਰਟੇਕਿੰਗ ਵਰੋ ਕੀਤਾ ਜਾਵੇਗਾ ਉਨਾਰਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਰਕਾਰ ਨੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਦੇ ਲਈ ਕਈ ਕਦਮ ਚੁੱਕੇ ਹਨ। ਭਾਰਤ ਵਿਸ਼ਵ ਪੱਧਰ ਤੇ ਹਥਿਆਰਾਂ ਦੇ ਸਭ ਤੋਂ ਵੱਡੇ ਦਰਾਮਦਕਾਰਾਂ ਵਿੱਚੋਂ ਇੱਕ ਹੈ। ਅਨੁਮਾਨਾਂ ਅਨੁਸਾਰ ਭਾਰਤੀ ਹਥਿਆਰਬੰਦ ਬਰਾਬਰੋ ਅਗਲੇ 5-6 ਸਾਲਾਂ ਵਿੱਚ 130 ਅਰਬ ਅਮਰੀਕੀ ਡਾਲਰ ਦਾ ਪੂੰਜੀ ਖਰੀਦ ਖਰਚਾ ਸੰਭਾਵਿਤ ਹੈ। ਰੱਖਿਆ ਮੰਤਰਾਲੇ ਨੇ ਅਗਲੇ 5 ਸਾਲਾਂ ਵਿੱਚ ਰੱਖਿਆ ਨਿਰਮਾਣ ਵਿੱਚ 25 ਅਰਬ ਅਮਰੀਕੀ ਡਾਲਰ ਦਾ ਟੀਚਾ ਰੱਖਿਆ ਹੈ। ਹਾਈ ਕੋਰਟ ਦੇ ਸਖਤ ਰੋਕ ਤੋਂ ਬਾਅਦ ਆਖਰ ਪੰਜਾਬ ਸਰਕਾਰ ਨੇ ਮੌਤਲ ਆਈਜੀ ਪਰਮਰਾਜ ਉਮਰਾਨਗੜ ਨੂੰ ਜੁਆਇਨ ਕਰਵਾ ਦਿੱਤਾ ਹੈ ਮੰਗਲਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੂੰ ਇਹ ਜਾਣਕਾਰੀ ਦਿੱਤੀ ਗਈ ਨਾਲ ਹੀ ਅਦਾਲਤ ਨੂੰ ਦੱਸਿਆ ਗਿਆ ਕਿ ਉਮਰਾਨਗੜ ਨੂੰ ਜੁਆਇਨ ਕਰਵਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੂੰ ਮੌਤਲੀ ਦੇ ਸਮੇਂ ਦੀ ਤਨਖਾਹ ਅਤੇ ਹੋਰ ਲਾਭ ਜਾਰੀ ਨਹੀਂ ਕੀਤੇ ਗਏ ਇਸ ਅਦਾਲਤ ਨੇ ਮਾਮਲੇ ਦੀ ਸੁਣਵਾਈ 8 ਅਗਸਤ ਤੱਕ ਮੁਲਤਵੀ ਕਰ ਦਿੱਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਗਲੀ ਸੁਣਵਾਈ ਤੱਕ ਬਕਾਇਆ ਤਨਖਾਹਾਂ ਤੇ ਲਾਭ ਜਾਰੀ ਨਾ ਕੀਤੇ ਗਏ ਤਾਂ ਗ੍ਰਾਹਕ ਸਕੱਤਰ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਜਵਾਬ ਦੇਣਾ ਪਵੇਗਾ। ਕੋੜਕਪੁਰਾ ਗੋਲੀਕਾਂਡ ਵਿੱਚ ਮਤਲ ਆਈਜੀ ਪਰਮਰਾਜ ਉਮਰਾਨੰਗੜ ਨੇ ਸੇਵਾ ਨਿਯਮਾ ਦਾ ਹਵਾਲਾ ਦਿੰਦੇ ਹੋਏ ਮਤਲ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਸੀ। ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਦੀ ਵੈਸਸ ਗਰੁੱਪ ਆਫ ਕੰਪਨੀ ਦੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਮੈਸਰਜ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਜੀਰਾ ਫਰੀਦਕੋਟ ਵਿੱਚ ਉਨ੍ਹਾਂ ਦੀ ਰਹਿائش ਅਤੇ ਹੋਰ ਥਾਵਾਂ ਤੇ ਫੈਕਟਰੀ ਦੇ ਪ੍ਰਬੰਧਕ ਪਵਨ ਵਾਂਸਲ ਦੇ ਜਲੰਦਰ ਸਿੱਤਕਰ ਤੇ ਈਡੀ ਨੇ ਛਾਪੇਮਾਰੀ ਕੀਤੀ ਈਡੀ ਜਲੰਧਰ ਦਫ਼ਤਰ ਤੋਂ ਅਸਿਸਟੈਂਟ ਡਾਇਰੈਕਟਰ ਕਰਨੇਸ਼ ਕਾਉਂਸਲ ਦੀ ਅਗਵਾਈ ਵਿੱਚ ਪੰਜ ਗੱਡੀਆਂ ਵਿੱਚ ਪੁੱਜੇ ਅਧਿਕਾਰੀ ਸਵੇਰੇ ਜੀਰਾ ਸ਼ਰਾ ਫੈਕਟਰੀ ਵਿੱਚ ਦਾਖਲ ਹੋਏ ਅਤੇ ਸ਼ਾਮ 4:30 ਤੱਕ ਉੱਥੇ ਜਾਂਚ ਕਰਦੇ ਰਹੇ ਦੀਪ ਮਰਹੋਤਰਾ ਦੀ ਰਿਹਾਈ ਤੇ ਕਰੀਬ 10:30 ਘੰਟੇ ਤੱਕ ਚੱਲੀ ਜਾਂਚ ਤੋਂ ਬਾਅਦ ਈਡੀ ਦੀ ਟੀਮ ਵਾਪਸ ਭਰਤੀ ਹੈ ਇਸ ਮੌਕੇ ਤੇ ਉਹਨਾਂ ਨੇ ਬਹੁਤ ਸਾਰੇ ਡਾਕੂਮੈਂਟ ਆਪਣੇ ਕਾਬਜ਼ੇ ਵਿੱਚ ਲਏ ਹਨ ਪਠਾਨਕੋਟ ਵਿੱਚ ਕਿਸੇ ਵੀ ਤਰ੍ਹਾਂ ਦੇ ਅਤਵਾਦੀ ਹਮਲੇ ਕਾਉਂਟਰ ਟੈਰਰਿਜ਼ਮ ਜਾਂ ਸ਼ੂਟਆਊਟ ਵਰਗੀ ਸਥਿਤੀ ਨੂੰ ਨਿਪਟਰਨ ਦੇ ਲਈ ਪਠਾਨਕੋਟ ਪੁਲਿਸ ਨੇ ਆਪਣੀ ਤਾਕਤ ਨੂੰ ਬਧਾਇਆ ਹੈ। ਪਠਾਨਕੋਟ ਪੁਲਿਸ ਨੇ অতি ਆਧੁਨਿਕ ਹਥਿਆਰਾਂ ਅਤੇ ਇਕੁਪਮੈਂਟ ਨਾਲ ਲੈਸ ਤਿੰਨ ਕੁਇਕ ਰਿਸਪੌਂਸ ਟੀਮਾਂ ਨੂੰ ਤਿਆਰ ਕੀਤਾ ਹੈ। ਮੌਕ ਡ੍ਰਾਇਲ ਵੀ ਕੀਤਾ ਗਿਆ ਐਸਐਸਪੀ ਪਠਾਨਕੋਟ সোহੇਲ ਮੀਰ ਦੁਆਰਾ ਇਹਨਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਐਸਐਸਪੀ 소هيل ਮੀਰ ਦਾ ਕਹਿਣਾ ਹੈ ਕਿ ਤਿੰਨ ਕੋਇਕ ਰਿਸਪੌਂਸ ਟੀਮਾਂ ਬਣਾਈਆਂ ਗਈਆਂ ਹਨ ਜੋ অতি ਆਧੁਨਿਕ ਹਥਿਆਰਾਂ ਨਾਲ ਲੈਸ ਹਨ ਜਿਨ੍ਹਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਕਿਉਂਕਿ ਇਹ ਇੱਕ ਅਜਿਹਾ ਇਲਾਕਾ ਹੈ ਜਿੱਥੇ ਹਰ ਸਮੇਂ ਚੌਕੰਨੇ ਰਹਿਣਾ ਪੈਂਦਾ ਹੈ ਜਰੰਦਰ ਵਿੱਚ ਸੂਫੀ ਗਾਇਕਾ ਨੂਰਾ ਪੈਣਾ ਦੀ ਕਾਰਤੇ ਉਸ ਵੇਲੇ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਜਦੋਂ ਉਹ ਦੇਰ ਰਾਤ ਇੱਕ ਪ੍ਰੋਗਰਾਮ ਤੋਂ ਵਾਪਸ ਘਰ ਪਰਤ ਰਹੀਆਂ ਸਨ ਨੂਰਾ ਪੈਣਾ ਬਟਾਲਾ ਚੌਕ ਨੇੜੇ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ ਕਿ ਗੁਰਨਾਨਕ ਚੌਕ ਨੇੜੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ ਇਸ ਮਾਮਲੇ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਏਸੀਪੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਦੋਸ਼ ਹੈ ਕਿ ਜਦੋਂ ਨੂਰਾ ਪੈਣਾ ਦੇਰ ਰਾਤ ਪ੍ਰੋਗਰਾਮ ਤੋਂ ਵਾਪਸ ਆ ਰਹੀਆਂ ਸਨ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਮੋਟਰਸਾਈਕਲ ਸਵਾਰ ਲੜਕੇ ਉਹਨਾਂ ਦਾ ਪਿੱਛਾ ਕਰ ਰਹੇ ਹਨ ਜਦੋਂ ਉਹਨਾਂ ਨੇ ਗੁਰਨਾਨ ਨਾਮ ਕਮਿਸ਼ਨ ਚੌਕ ਨੇੜੇ ਕਾਰ ਹੌਲੀ ਕੀਤੀ ਤਾਂ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ ਇਸ ਮੌਕੇ ਤੇ ਪੁਲਿਸ ਨੇ ਇੱਕ ਨੂੰ ਕਾਬੂ ਕਰ ਲਿਆ ਜਦੋਂ ਕਿ ਦੋ ਨੌਜਵਾਨ ਉਥੋਂ ਫਰਾਰ ਹੋ ਗਏ ਗੁਜਰਾਤ ਦੇ আরাਵਲੀ ਜ਼ਿਲ੍ਹੇ ਵਿੱਚ ਚਾਂਦੀਪੂਰਾ ਵਾਇਰਸ ਦਾ ਪ੍ਰਕੋਪ ਪਿਛਲੇ ਕੁਝ ਦਿਨਾਂ ਤੋਂ ਜਾਰੀ ਹੈ ਇਸ ਬਿਮਾਰੀ ਕਾਰਨ ਪਿਛਲੇ ਕੁਝ ਦਿਨਾਂ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਹੋਣੀ ਬਾਕੀ ਹੈ ਇਹ ਬਿਮਾਰੀ ਆਮ ਤੌਰ ਤੇ ਮੱਛਰਾਂ ਜਾਂ ਚਿਚੜਾਂ ਕਾਰਨ ਹੁੰਦੀ ਹੈ ਦਿਮਾਗ ਵਿੱਚ ਸੋਜ ਦਾ ਕਾਰਨ ਬਣਦੀ ਹੈ ਜੋ ਗੰਭੀਰ ਮਾਮਲਿਆਂ ਵਿੱਚ ਮੌਤ ਦਾ ਕਾਰਨ ਵੀ ਬਣ ਜਾਂਦੀ ਹੈ। ਇੱਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਇਸ ਵਾਇਰਸ ਨਾਲ ਵਿਅਕਤੀ ਵਿੱਚ ਇਹਦੇ ਲੱਛਣ ਤੇਜ਼ੀ ਨਾਲ ਵਧਦੇ ਹਨ। ਸਰਕਾਰ ਇਸ ਦੀ ਰੋਕਥਾਮ ਲਈ ਦਿਨ ਰਾਤ ਲੱਗੀ ਹੈ। ਮਹਾਰਾਸ਼ਟਰ ਦੇ ਮੁੰਬਈ ਵਿੱਚ ਦੇਰ ਰਾਤ ਮੁੰਬਈ ਐਕਸਪ੍ਰੈਸ ਹਾਈਵੇ ਤੇ ਇੱਕ ਵੱਡਾ ਹਾਸਾ ਹੋ ਗਿਆ ਜਦੋਂ ਟਰੈਕਟਰ ਨਾਲ ਟਕਰਾ ਕੇ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਸਮੌਕੇ ਤੇ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 42 ਲੋਕ ਜ਼ਖਮੀ ਹੋਏ ਹਨ ਮੁੰਬਈ ਦੇ ਡੀਸੀਪੀ ਵਿਵੇਕ ਪਾਂਸਾਰੇ ਦਾ ਕਹਿਣਾ ਹੈ ਕਿ ਇਹ ਲੋਕ ਧਾਰਮਿਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਸਨ ਬੱਸ ਇੱਕ ਟਰੈਕਟਰ ਨਾਲ ਟਕਰਾ ਗਈ ਅਤੇ ਇੱਕ ਢੂੰਗੀ ਖੜ ਵਿੱਚ ਡਿੱਗ ਗਈ 42 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਹੈ ਜਦੋਂ ਕਿ ਤਿੰਨ ਨੂੰ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ ਡਾਕਟਰਾਂ ਨੇ 5 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ ਖਸ਼ਿਆਰਪੁਰ ਦਸੂਹਾ ਦੇ ਪਿੰਡ ਬੋਦਲਾ ਦੇ 45 ਸਾਲਾ ਭਾਈ ਅਮਰਦੀਪ ਸਿੰਘ ਬੋਦਲ ਦਾ ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਦੁਖਦਾਈ ਖਬਰ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਭਾਈ ਅਮਰਦੀਪ ਸਿੰਘ ਬੋਦਲ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਪੰਜਾਬ ਅਤੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਚਮਕਾਇਆ ਹੈ। ਇਸ ਮੌਕੇ ਤੇ ਅਮਰਦੀਪ ਦੇ ਭਰਾ ਆਕਾਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਮੇਰਾ ਭਰਾ ਅਮਰਦੀਪ ਸਿੰਘ ਬੋਦਲ 2018 ਵਿੱਚ ਅਮਰੀਕਾ ਗਿਆ ਸੀ ਆਪਣੀ ਪਤਨੀ ਅਤੇ ਇੱਕ بیٹے ਦੇ ਨਾਲ ਐਰੀਜ਼ੋਨਾ ਸ਼ਹਿਰ ਵਿੱਚ ਰਹਿ ਰਿਹਾ ਸੀ ਅਮਰਦੀਪ ਨੇ ਭਾਰਤੀ ਸ਼ਾਸਤਰੀ ਸੰਗੀਤ ਵਿੱਚ ਐਮਏ ਕੀਤੀ ਅਤੇ ਭਾਰਤ ਦੇ ਨਾਲ-ਨਾਲ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਦੇਸ਼ ਦੇ ਵੱਡੇ-ਵੱਡੇ ਪ੍ਰੋਗਰਾਮਾਂ ਵਿੱਚ ਅਮਰਦੀਪ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ ਸਾਡਾ ਪਰਿਵਾਰ ਬਾਬਾ ਮਰਦਾਨਾ ਜੀ ਦੇ ਗੋਦਨਾ ਸੰਬੰਧਤ ਹੈ ਅਤੇ ਗਾਇਕੀ ਵਿੱਚ ਅਸੀਂ ਬੋਦਲ ਘਰਾਣੇ ਨਾਲ ਸੰਬੰਧਤ ਹਾਂ। ਸਮੂਹ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਈ ਅਮਰਦੀਪ ਸਿੰਘ ਬੋਦਲ ਦੀ ਯਾਦ ਵਿੱਚ ਪਿੰਡ ਬੋਦਲ ਵਿੱਚ ਇੱਕ ਯਾਦਗਾਰ ਬਣਾਈ ਜਾਵੇ ਤਾਂ ਜੋ ਲੋਕ ਰਹਿਂਦੀ ਦੁਨੀਆ ਤੱਕ ਉਹਨਾਂ ਨੂੰ ਯਾਦ ਕਰ ਸਕਣ। ਪੂਰਬੀ ਅਫਗਾਨਿਸਤਾਨ ਵਿੱਚ ਭਾਰੀ ਮੀਂਹ ਕਾਰਨ ਘਟੋ-ਘਟ 40 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 350 ਜ਼ਖਮੀ ਹੋਏ ਹਨ। ਤਾਲੀਵਾਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਹਾਈਵੇ ਤੇ ਇੱਕ ਬੱਸ ਪਲਟਣ ਦੇ ਨਾਲ ਘੱਟੋ-ਘੱਟ 17 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਵੀ ਸ਼ਾਮਲ ਹਨ ਜੋ ਸੁਰਖ ਰੋਡ ਜ਼ਿਲ੍ਹੇ ਵਿੱਚ ਘਰ ਦੀ ਛੱਤ ਡਿੱਗਣ ਕਾਰਨ ਮਾਰੇ ਗਏ ਸਨ। ਸੂਤਰਾਂ ਦਾ ਕਹਿਣਾ ਹੈ ਕਿ ਨੰਗਰਹਾਰ ਸੂਬੇ ਵਿੱਚ ਲਗਭਗ 400 ਘਰਾਂ ਤੇ 60 ਬਿਜਲੀ ਦੇ ਖੰਭੇ ਤਬਾਹ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਲਾਲਾਬਾਦ ਸ਼ਹਿਰ ਵਿੱਚ ਕਈ ਖੇਤਰਾਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ। ਪੌਜਾਂ ਸਮਾਜ ਪਾਰਟੀ ਪੰਜਾਬ ਦਾ ਚਾਰ ਮੈਂਬਰੀ ਵਫ਼ਦ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਤੇ ਗਰੀਬਾਂ ਮਲਜੂਮਾਂ ਉੱਪਰ ਵੱਧ ਰੇ ਜ਼ੁਲਮ ਅਤਿਆਚਾਰ ਦੇ ਖਿਲਾਫ ਪੰਜਾਬ ਪੁਲਿਸ ਦੀ ਦਰਤ ਵਰਗ ਪ੍ਰਤੀ ਢਿੱਲੀ ਅਤੇ ਪੱਖਪਾਤੀ ਕਾਰਜਕਾਰੀ ਦੇ ਖਿਲਾਫ ਮਾਨਯੋਗ ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਜ ਜੀ ਨਾਲ ਮੁਲਾਕਾਤ ਕਰੇਗਾ ਅਤੇ ਸਮਾਜਿਕ ਮੰਗਾਂ ਦੇ ਹੱਲ ਸੰਬੰਧੀ ਚਰਚਾ ਕਰੇਗਾ ਇਸ ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਜਸਵੀਰ ਸਿੰਘ ਘੜੀ ਕਰਨਗੇ ਵਫ਼ਦ ਵਿੱਚ ਪੰਜਾਬ ਇੰਚਾਰਜ ਵਿਧਾਇਕ ਡਾਕਟਰ ਨਸ਼ਤਰਪਾਲ ਅਜੀਤ ਸਿੰਘ ਪੈਣੀ ਬਲਦੇਵ ਸਿੰਘ ਮਹਿਰਾ ਵੀ ਹੋਣਗੇ ਨਿਊਜ਼ੀਲੈਂਡ ਦੇ ਓਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਨਿਊਜ਼ੀਲੈਂਡ ਵੱਖ-ਵੱਖ ਦੇਸ਼ਾਂ ਦੇ ਨਾਲ ਆਪਣਾ ਵਿਦੇਸ਼ੀ ਵਿਪਾਰ ਕਿੰਨਾ ਕੁ ਕਰਦਾ ਹੈ ਦੇ ਅੰਕੜੇ ਮਹੀਨਾਵਾਰ ਜਾਰੀ ਕੀਤੇ ਜਾਂਦੇ ਹਨ ਅੱਜ ਦੀ ਰਿਪੋਰਟ ਅਨੁਸਾਰ ਨਿਊਜ਼ੀਲੈਂਡ ਨੇ ਵੱਖ-ਵੱਖ ਦੇਸ਼ਾਂ ਦੇ ਨਾਲ ਮਈ ਮਹੀਨੇ ਖਤਮ ਹੋਈ ਤਮਾਹੀ ਦੇ ਵਿੱਚ 19168 ਮਿਲੀਅਨ ਡਾਲਰ ਦਾ ਆਯਾਤ ਕੀਤਾ ਹੈ ਅਤੇ 19838 ਮਿਲੀਅਨ ਡਾਲਰ ਦਾ ਨਿਰਯਾਤ ਵਿਪਾਰ ਕੀਤਾ ਹੈ ਮਈ 2024 ਵਿੱਚ ਹੀ 7156 ਮਿਲੀਅਨ ਡਾਲਰ ਦਾ ਸਮਾਨ ਆਯਾਤ ਕੀਤਾ ਗਿਆ ਪਹਿਲੇ ਨੰਬਰ ਤੇ ਚੀਨ ਦੂਜੇ ਤੇ ਆਸਟ੍ਰੇਲੀਆ ਤੀਜੇ ਨੰਬਰ ਤੇ ਅਮਰੀਕਾ ਰਿਹਾ ਹੈ ਜਦਕਿ ਭਾਰਤ 15ਵੇਂ ਨੰਬਰ ਤੇ ਆਇਆ ਹੈ ਮਈ ਮਹੀਨੇ ਦੀ ਤਮਾਹੀ ਵਿੱਚ 303 ਮਿਲੀਅਨ ਡਾਲਰ ਸਮਾਨ ਦਾ ਆਯਾਤ ਕੀਤਾ ਜਦਕਿ ਪਿਛਲੇ ਸਾਲ ਇਸੇ ਤਮਾਹੀ ਵਿੱਚ 276 ਮਿਲੀਅਨ ਡਾਲਰ ਦਾ ਸਮਾਨ ਆਰਦਾ ਸੀ ਪਰ ਮਈ ਮਹੀਨੇ ਤੱਕ ਸਾਲਾਨਾ ਦਰ ਦੇਖੀ ਜਾਵੇ ਤਾਂ ਇਹ 1239 ਮਿਲੀਅਨ ਡਾਲਰ ਤੋਂ ਕੱਟ ਕੇ 1186 ਮਿਲੀਅਨ ਡਾਲਰ ਰਹਿ ਗਈ ਜੋ ਕਿ -4.2% ਘਟ ਹੈ। ਸੈਕਰਾਮੈਂਟੋ, ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਸਾਬਕਾ ਰਾਸ਼ਪਤੀ ਡੋਨਾਲਡ ਟਰੰਪ ਉੱਪਰ ਹੋਏ ਹਮਲੇ ਦੇ ਕੁਝ ਘੰਟਿਆਂ ਬਾਅਦ ਹੀ ਰਾਤ 11 ਵਜੇ ਦੇ ਕਰੀਬ ਅਲਾਬਾਮਾ ਰਾਜ ਵਿੱਚ ਬਰਮਿੰਗਮ ਵਿਖੇ ਇੱਕ ਨਾਈਟ ਕਲੱਬ ਵਿੱਚ ਹੋਈ ਅੰਦਾਤਨ ਗੋਲੀਬਾਰੀ ਵਿੱਚ ਘੱਟੋ-ਘੱਟ 4 ਲੋਕਾਂ ਨੇ ਮਾਰੇ ਜਾਣ ਅਤੇ 9 ਹੋਰਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਜਾਂਚਕਰਾਂ ਦਾ ਵਿਸ਼ਵਾਸ ਹੈ ਕਿ ਗੋਲੀਬਾਰੀ ਵਿੱਚ ਇੱਕ ਵਿਅਕਤੀ ਸ਼ਾਮਲ ਹੈ ਜਿਸ ਨੇ 27ਵੀਂ ਸਟਰੀਟ ਨਾਰਥ ਦੇ ਸਥਿਤ ਨਾਈਟ ਕਲੱਬ ਵਿੱਚ ਬਾਹਰੋਂ ਸੜਕ ਤੋਂ ਗੋਲੀਬਾਰੀ ਕੀਤੀ ਹੈ। ਬਰਮਿੰਗਮ ਪੁਲਿਸ ਅਫਸਰ ਟਰਮੈਨ ਫਿਲਜ ਗੈਰਾਲਡ ਨੇ ਇੱਕ ਵੀਡੀਓ ਬਿਆਨ ਵਿੱਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਪੁਲਿਸ ਅਫਸਰ ਮੌਕੇ ਉੱਪਰ ਪੁੱਜੇ ਤਾਂ ਉਹਨਾਂ ਨੂੰ ਬਹੁਤ ਸਾਰੇ ਲੋਕ ਜ਼ਖਮੀ ਹਾਲਤ ਵਿੱਚ ਮਿਲੇ ਹਨ ਪੁਲਿਸ ਦਾ ਕਹਿਣਾ ਹੈ ਕਿ ਦੋ ਔਰਤਾਂ ਨਾਈਟ ਕਲੱਬ ਦੇ ਅੰਦਰ ਇੱਕ ਵਿਅਕਤੀ ਘਟਨਾ ਸਥਾਨ ਤੇ ਨਾਲ ਹੀ ਵਾਰ-ਵਾਰ ਜ਼ਖਮੀ ਹਾਲਤ ਵਿੱਚ ਮਿਲੇ ਹਨ ਜਿਨ੍ਹਾਂ ਨੂੰ ਮੌਕੇ ਉੱਪਰ ਹੀ ਮਰਤਕ ਐਲਾਨ ਦਿੱਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਿੱਚ ਜ਼ਖਮੀ ਹੋਏ 9 ਵਿਅਕਤੀਆਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਘਟਨਾ ਸੰਬੰਧੀ ਕਿਸੇ ਨੂੰ ਵੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਨਾ ਹੀ ਕਿਸੇ ਚੱਕੀ ਦੋਸ਼ੀ ਦੀ ਪਛਾਣ ਹੋਈ ਹੈ। ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸਨ ਲੜਵਾ ਬੰਗਾ ਦੀ ਖਬਰ ਅਨੁਸਾਰ ਜਾਂਚਕਰ ਇੱਕ ਨਿਸ਼ਾਨਚੀ ਸ਼ੂਟਰ ਵੱਲੋਂ ਪੈਨ ਸਿਲਵਾਨੀਆ ਰਾਜ ਵਿੱਚ ਬਟਲਰ ਵਿਖੇ ਇੱਕ ਰੈਲੀ ਦੌਰਾਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਤਕਰੀਬਨ 150 ਮੀਟਰ ਤੋਂ ਗੋਲੀਆਂ ਚਲਾ ਕੇ ਜ਼ਖਮੀ ਕਰ ਦੇਣ ਦੀ ਘਟਨਾ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਇੱਕ ਸਾਬਕਾ ਲਾ ਇਨਫੋਰਸਮੈਂਟ ਅਫਸਰ ਦਾ ਕਹਿਣਾ ਹੈ ਕਿ ਜਾਂਚਕਰਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਪਵੇਗਾ ਕਿ ਸੀਕ੍ਰੇਟ ਸਰਵਸ ਪ੍ਰੋਟੋਕੋਲ ਦੀ ਉਲੰਘਣਾ ਹੋਈ ਹੈ ਸਾਬਕਾ ਸੈਕ੍ਰੇਟ ਸਰਵਿਸ ਮੁਖੀ ਜੂਲੀਆ ਪੀਅਰਸਨ ਦਾ ਕਹਿਣਾ ਹੈ ਕਿ ਸ਼ੂਟਰ ਤਕਰੀਬਨ 150 ਮੀਟਰ ਦੀ ਦੂਰੀ ਤੋਂ ਗੋਲੀਆਂ ਚਲਾ ਕੇ ਡੋਨਲਡ 트ੰਪ ਦੀ ਜਾਨ ਲੈਣ ਦੇ ਨੇੜੇ ਪੁੱਜ ਗਿਆ ਸੀ ਜੋ ਰਾਸ਼ਟਰਪਤੀ ਦੇ ਅਹੁਦੇ ਲਈ ਸੰਭਾਵੀ ਨਾਮਜ਼ਦ ਉਮੀਦਵਾਰ ਹਨ ਉਹਨਾਂ ਦਾ ਕਹਿਣਾ ਹੈ ਕਿ ਜੇਕਰ 1 ਇੰਚ ਗੋਲੀ ਇਧਰ ਉਧਰ ਹੋ ਜਾਂਦੀ ਤਾਂ ਅੱਜ 트ੰਪ ਸਾਡੇ ਵਿਚਕਾਰ ਨਹੀਂ ਹੁੰਦੇ ਪੀਅਰਸਨ ਦਾ ਕਹਿਣਾ ਹੈ ਕਿ ਨਿਸ਼ਾਨਚੀ ਦੀ ਸਮਰੱਥਾ 1000 ਮੀਟਰ ਤੋਂ ਨਿਸ਼ਾਨਾ ਰੌਂਡ ਦੀ ਹੋ ਸਕਦੀ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਇਸ ਤਰ੍ਹਾਂ ਰਾਸ਼ਪਤੀ ਜੋ ਬਾਈਡਨ ਦੇ ਆਦੇਸ਼ ਅਨੁਸਾਰ ਸਿਕਰਟ ਸਰਵਿਸ ਮੁਖੀ ਕਿੰਬਰਲੀ ਚੀਟਲ ਵੱਲੋਂ ਮਿਲਵੌਕੀ ਵਿੱਚ ਸ਼ੁਰੂ ਹੋ ਰਹੀ ਰਿਪਬਲਿਕ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਾਸਤੇ ਸੁਰੱਖਿਆ ਦਾ ਨਵੇਂ ਸਿਰੇ ਤੋਂ ਯੋਜਨਾ ਲੈ ਕੇ ਲੋੜਿੰਦੇ ਕਦਮ ਚੁੱਕੇ ਗਏ ਹਨ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਨਿਊਜ਼ੀਲੈਂਡ ਮੂਲ ਦਾ ਇੱਕ ਵਿਅਕਤੀ ਜੋ ਕਿ ਆਸਟ੍ਰੇਲੀਆ ਵਿੱਚ ਅਪਰਾਧਿਕ ਗਤੀਵਿਧੀਆਂ ਦੇ ਚਲਦਿਆਂ ਜੇਲ੍ਹ ਦੀ ਹਵਾ ਖਾ ਰਿਹਾ ਸੀ ਨੂੰ ਹੁਣ ਰਿਹਾਈ ਬਾਦ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਉਸ ਨੇ ਇੱਕ 77 ਸਾਲਾ ਪੋਕੀ ਖਿਡਾਰੀ ਨੂੰ ਕੱਟ ਦਿੱਤਾ ਸੀ ਟਾਈਲਰ ਪਿਵੇ ਰੰਗੀ ਨੂੰ ਅਕਤੂਬਰ 2020 ਵਿੱਚ ਬੋਲੋਗੋਂਗ ਜ਼ਿਲ੍ਹਾ ਅਦਾਲਤ ਵੱਲੋਂ 3 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਸੀ ਨਤੀਜੇ ਵਜੋਂ ਉਹਨਾਂ ਦਾ ਵੀਜ਼ਾ ਉਹਨਾਂ ਦੇ ਕਾਨੂੰਨਾਂ ਦੇ ਤਹਿਤ ਰੱਦ ਕੀਤਾ ਗਿਆ ਹੈ ਜੋ ਇਹ ਨਰਦਾਰਤ ਕਰਦੇ ਹਨ ਕਿ ਇੱਕ ਵਿਅਕਤੀ ਨੂੰ ਚਰਿੱਤਰ ਟੈਸਟ ਵਿੱਚ ਅਸਫਲ ਹੋਣ ਤੇ ਉਹਨਾਂ ਦੇ ਰਿਕਾਰਡ ਵਿੱਚ 12 ਮਹੀਨੇ ਜਾਂ ਇਸ ਤੋਂ ਵੱਧ ਦੀ ਕੈਦ ਦੀ ਸਜ਼ਾ ਸ਼ਾਮਲ ਹੋਣ ਤੇ ਦੇਸ਼ ਨਿਕਾਲਾ ਹੋ ਸਕਦਾ ਹੈ। ਸੁਣਾਏ ਗਏ ਫੈਸਲੇ ਵਿੱਚ ਸੰਗੀ ਅਦਾਰੇ ਦੇ ਤਿੰਨ ਜੱਜਾਂ ਦੇ ਇੱਕ ਪੈਨਲ ਨੇ ਪੇਵਰੰਗੀ ਦੀ ਇੱਕ ਅਪੀਲ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਉਸਦੇ ਵੀਜ਼ਾ ਨੂੰ ਰੱਦ ਕਰਨ ਦੀ ਚੁਣੌਤੀ ਦਿੱਤੀ ਗਈ ਸੀ। ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਪੀਤੇ ਐਤਵਾਰ ਬਰੂਸ ਪੁਲਮਨ پارک ਟਕਨ ਨੇ ਵਿਖੇ ਤੀਜਾ ਬਾਲੀਵਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਕਰਵਾਇਆ ਗਿਆ ਨਿਊਜ਼ੀਲੈਂਡ ਵਾਲੀਵਾਲ ਸ਼ੂਟਿੰਗ ਫੈਡਰੇਸ਼ਨ ਦੇ ਨਿਯਮਾਂ ਅਧੀਨ ਹੋਣ ਵਾਲਾ ਇਹ ਪਹਿਲਾ ਬਾਲੀਵਾਲ ਸ਼ੂਟਿੰਗ ਮੀਡੀਅਮ ਟੂਰਨਾਮੈਂਟ ਸੀ ਇਸ ਟੂਰਨਾਮੈਂਟ ਵਿੱਚ 10 ਟੀਮਾਂ ਨੇ ਭਾਗ ਲਿਆ ਤੇ ਇੱਕ ਟੀਮ ਆਸਟ੍ਰੇਲੀਆ ਤੋਂ ਵੀ ਪੁੱਜੀ ਹੋਈ ਸੀ ਫਸਵੇਂ ਮੁਕਾਬਲੇਾਂ ਵਿੱਚ ਪਹਿਲਾ ਇਨਾਮ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਕੈਪਟਨ ਮਨਦੀਪ ਕੋਲੀ ਨੇ ਜਿੱਤਿਆ ਜਦਕਿ ਦੂਜਾ ਇਨਾਮ ਐਸਬੀਐਸ ਸਪੋਰਟਸ ਕਲੱਬ ਕੈਪਟਨ ਲਖਾ ਦੀ ਟੀਮ ਨੇ ਜਿੱਤਿਆ ਹੈ ਤੀਜਾ ਇਨਾਮ ਬਾਬਾ ਫਰੀਦ ਸਪੋਰਟਸ ਕਲੱਬ ਕੈਪਟਨ ਹਰੀ ਦੀ ਟੀਮ ਨੇ ਜਿੱਤ ਕੇ ਅਗਲੀ ਵਾਰ ਹੋਰ ਵਧੀਆ ਖੇਡਣ ਦਾ ਪ੍ਰਣ ਕੀਤਾ ਪਲੇਅਰ ਆਫ ਦਾ ਟੂਰਨਾਮੈਂਟ ਰਾਜੂ ਬੱਜੀ ਬੈਸਟ ਸ਼ੂਟਰ ਸੁਖਦੇਵ ਲਾਲਵਾਈ ਬੈਸਟ ਡਿਫੈਂਸਰ ਬਿੱਟੂ ਅਤੇ ਬੈਸਟ ਨੈੱਟਮੈਨ ਮਨਪ੍ਰੀਤ ਕੈਲਪੂਰੀਆ ਸਾਰੇ ਮਾਲਵਾ ਕਲੱਬ ਦੇ ਚੁਣੇ ਗਏ ਮਾਲਵਾ ਕਲੱਬ ਵੱਲੋਂ ਸਾਰੇ ਖਿਡਾਰੀਆਂ ਸਾਰੇ ਖੇਡ ਕਲੱਬਾਂ ਵਾਲੀਬਾਲ ਫੈਡਰੇਸ਼ਨ ਕਮੇਟੀ ਮੈਂਬਰਜ਼ ਅਤੇ ਸਾਰੇ ਸਪਾਂਸਰਜ਼ ਦਾ ਤਧਾਰਨ ਕੀਤਾ ਗਿਆ ਭਾਰਤੀ ਕਪਤਾਨ ਹਰਮਨਪ੍ਰੀਤ ਕੋਹਰ ਅਤੇ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਦੱਖਣੀ ਅਫਰੀਕਾ ਖਿਲਾਫ ਹਾਲ ਹੀ ਵਿੱਚ ਖਤਮ ਹੋਈ ਸੀਰੀਜ਼ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਈਸੀਸੀ T20 ਰੈਂਕਿੰਗ ਵਿੱਚ ਕਰਮਬਾਰ 12ਵੇਂ ਅਤੇ 15ਵੇਂ ਸਥਾਨ ਤੇ ਪਹੁੰਚ ਗਈਆਂ ਹਨ ਹਰਮਨ ਪ੍ਰੀਤ ਤਿੰਨ ਸਥਾਨ ਅੱਗੇ ਵਧੀ ਹੈ ਉਸ ਦੇ ਕੋਲ 613 ਰੇਟਿੰਗ ਅੰਕ ਹਨ ਸ਼ੈਫਾਰੀ ਨੂੰ ਦੋ ਸਥਾਨਾਂ ਤੇ ਫਾਇਦਾ ਹੋਇਆ ਹੈ ਉਹ ਨਿਊਜ਼ੀਲੈਂਡ ਦੀ ਅਮੀਲੀਆ ਅਤੇ ਇੰਗਲੈਂਡ ਦੀ ਡੈਨੀ ਵਿਆਟ ਨਾਲ 15ਵੇਂ ਸਥਾਨ ਤੇ ਹੈ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਦਾਨਾ ਪੰਜਵੇਂ ਸਥਾਨ ਤੇ ਬਰਕਰਾਰ ਹੈ ਅਤੇ ਭਾਰਤੀ ਖਿਡਾਰੀਆਂ ਵਿੱਚ ਸਿਖਰ ਤੇ ਹੈ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੰਗਲਵਾਰ ਨੂੰ ਦੋ ਦਿਨਾਂ ਦੌਰੇ ਤੇ ਮਰੀਸ਼ੇਸ਼ ਪੁੱਜੇ ਤੇ ਹਿੰਦ ਮਹਾਸાગਰ ਦੇ ਇਸ ਟਾਪੂ ਮੁਲਕ ਦੀ ਪ੍ਰਗਤੀ ਦੀ ਦਿਸ਼ਾ ਵਿੱਚ ਭਾਰਤ ਅਤੇ ਨਿਰੰਤਰ ਸਹਿਯੋਗ ਦੀ ਗੱਲ ਹੋ ਰਹੀ ਹੈ ਜੈ ਸ਼ੰਕਰ ਦੋ ਤਰੀ ਸਬੰਧ ਮਜ਼ਬੂਤ ਕਰਨ ਦੇ ਲਈ ਇੱਥੇ ਪੁੱਜੇ ਹਨ ਉਹਨਾਂ ਨੇ ਮਰੀਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਨਾਥ ਦੀ ਹਾਜ਼ਰੀ ਵਿੱਚ ਕਰਵਾਏ ਗਏ ਪ੍ਰੋਗਰਾਮ ਵਿੱਚ ਕਿਹਾ ਕਿ ਮਰੀਸ਼ ਦੇ ਨਾਲ ਨਾਲ ਭਾਰਤ ਦੇ ਸਬੰਧ ਮਜ਼ਬੂਤ ਕਰਨ ਦੇ ਬਹੁ ਪੱਖੀ ਸਾਂਝੇਦਾਰੀ ਵਿੱਚ ਤਬਦੀਲ ਹੋਏ ਹਨ ਮਰੀਸ਼ ਦੇ ਨਾਲ ਨਾਲ ਦੁਬੱਲੇ ਸੰਬੰਧ ਵਿਦੇਸ਼ ਵਿੱਚ ਭਾਰਤ ਦੇ ਸਫਲ ਵਿਕਾਸ ਸਹਿਯੋਗ ਦੀ ਆਦਰਸ਼ ਉਦਾਹਰਣ ਹਨ ਮੈਂ ਮਰੀਸ਼ ਦੀ ਪ੍ਰਗਤੀ ਤੇ ਖੁਸ਼ਹਾਲੀ ਦੀ ਦਿਸ਼ਾ ਵਿੱਚ ਭਾਰਤ ਦੇ ਨਿਰੰਤਰ ਤੇ ਲਗਾਤਾਰ ਸਮਰਥਨ ਨੂੰ ਦौराਉਂਦਾ ਹਾਂ ਖੇਤੇ ਵਿੱਚ ਚੀਨੀ ਫੌਜ ਦੀ ਵੱਡੀ ਹਾਜ਼ਰੀ ਦਰਮਿਆਨ ਜੈ ਸ਼ੰਕਰ ਨੇ ਕਿਹਾ ਹੈ ਕਿ ਭਾਰਤ ਇਸ ਅਹਿਮ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹੈ ਤੇਸ਼ਵਾਪਰ ਟੀਵੀ ਦੇ ਇਸ ਪੰਜਾਬੀ ਖਬਰਾਂ ਦੇ ਬੁਲਟਨ ਵਿੱਚ ਹੁਣ ਗੱਲਾਂ ਫਿਲਮਾਂ ਦੀਆਂ ਬਾਲੀਵੁੱਡ ਅਦਾਕਾਰਾ ਕੈटरीना कैफ 48 ਵਰਿਆਂ ਦੀ ਹੋ ਗਈ ਹੈ ਉਸ ਦੇ ਜਨਮ ਦਿਨ ਮੌਕੇ ਪਤੀ ਵਿੱਕੀ ਕੌਸ਼ਲ ਨੇ ਉਸ ਨੂੰ ਰੋਮਾਂਟਿਕ ਤੇ ਵੱਖਰੇ ਅੰਦਾਜ਼ ਵਿੱਚ ਜਨਮ ਦਿਨ ਦੀ ਵਧਾਈ ਦਿੱਤੀ ਹੈ ਵਿੱਕੀ ਨੇ ਇੰਸਟਾਗ੍ਰam ਤੇ ਪਤਨੀ ਕੈटरीना ਨਾਲ ਕੁਝ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਵਿੱਕੀ ਤੇ ਕੈटरीना ਦੀਆਂ ਵਿਆਹ ਤੋਂ ਲੈ ਕੇ ਹੁਣ ਤੱਕ ਦੀਆਂ ਇਹ ਤਸਵੀਰਾਂ ਸਭ ਨੂੰ ਕਾਫੀ ਪਸੰਦ ਆਈਆਂ ਹਨ ਇੱਕ ਤਸਵੀਰ ਵਿੱਚ ਵਿੱਕੀ ਤੇ ਕੈटरीना ਪੀਜ਼ਾ ਪਾਰਟੀ ਕਰ ਰਹੇ ਹਨ ਇਸ ਤਸਵੀਰ ਦੀ ਕੈਪਸ਼ਨ ਵਿੱਚ ਵਿੱਕੀ ਨੇ ਲਿਖਿਆ ਹੈ ਕਿ ਤੁਹਾਡੇ ਨਾਲ ਯਾਦਾ ਸਾਂਝੀਆਂ ਕਰਨਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਲ ਹੈ। ਇਸ ਮੌਕੇ ਤੇ ਫਿਲਮ ਇੰਡਸਟਰੀ ਦੇ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਕੈटरीना कैफ ਨੂੰ ਜਨਮ ਦਿਨ ਤੇ ਵਧਾਈ ਦਿੱਤੀ ਹੈ। ਆਪਣੀ ਭਾਬੀ ਦੇ ਜਨਮ ਦਿਨ ਮੌਕੇ ਦਿਓਰ ਸੰਨੀ ਕੋਸ਼ਨ ਨੇ ਵੀ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਅਤੇ ਕੈटरीना कैफ ਦੇ ਨਾਲ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ। ਵੱਖ-ਵੱਖ ਫਿਲਮੀ ਕਲਾਕਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਪਿਆਰੀ ਕੈटरीना कैफ ਦਾ ਅੱਜ ਜਨਮ ਦਿਨ ਹੈ। ਭਾਰਤ ਦੇ ਉੱਗੇ ਫਿਲਮੀ ਸਤਾਰਿਆਂ ਵਿੱਚ شمار ਅਦਾਕਾਰ ਪੰਕਜ ਤਰਪਾਠੀ ਦੀ ਸਿਆਸਤ ਵਿੱਚ ਆਉਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕਿਉਂਕਿ ਕੁਝ ਦਿਨ ਪਹਿਲਾਂ ਉਹਨਾਂ ਦੇ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਕਾਫੀ ਵਾਇਰਲ ਸਨ। ਇਸ ਸਬੰਧੀ ਪੁੱਛੇ ਜਾਣ ਤੇ ਪੰਕਜ ਤਰਪਾਠੀ ਦਾ ਕਹਿਣਾ ਹੈ ਕਿ ਉਸ ਦੀ ਐਕਟਿੰਗ ਦੀ ਦੁਕਾਨ ਵਧੀਆ ਚੱਲ ਰਹੀ ਹੈ। ਏ ਪੁੱਛੇ ਜਾਣ ਤੇ ਕਿ ਅਭਿਨੇਤਾ ਨੂੰ ਰਾਜਨੀਤੀ ਵਿੱਚ ਆਉਣ ਵਿੱਚ ਕੋਈ ਦਿਲਚਸਪੀ ਹੈ ਤਾਂ ਪੰਕਜ ਦਾ ਕਹਿਣਾ ਹੈ ਕਿ ਫਿਲਹਾਲ ਰਾਜਨੀਤੀ ਵਿੱਚ ਆਉਣ ਦਾ ਕੋਈ ਵੀ ਇਰਾਦਾ ਨਹੀਂ ਹੈ ਕਿਉਂਕਿ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਹੜੀਆਂ ਵੱਖ-ਵੱਖ ਵਿਸ਼ਿਆਂ ਤੇ ਹਨ ਮੈਨੂੰ ਦਰਸ਼ਕ ਬਹੁਤ ਪਿਆਰ ਕਰਦੇ ਹਨ ਜਿਸ ਕਰਕੇ ਰਾਜਨੀਤੀ ਵਿੱਚ ਆਉਣ ਦਾ ਮੇਰਾ ਫਿਲਹਾਲ ਕੋਈ ਵੀ ਇਰਾਦਾ ਨਹੀਂ ਹੈ ਪੰਕਜ ਤਰਪਾਟੀ ਦੀ ਫਿਲਮ ਮਿਰਜਾ ਪਰੋ 3 ਹੈ ਜੋ ਗੁੱਡੂ ਅਤੇ ਗੁੱਲੂ ਤੇ ਕੇਂਦਰਿਤ ਹੈ ਕਿਉਂਕਿ ਕਾਲੀਨ ਭయ్యా ਦੀ ਅਗਵਾਈ ਵਿੱਚ ਤਰਪਾਠੀਆਂ ਦਾ ਰਾਜ ਪੂਰਬਾਂਚਲ ਵਿੱਚ ਖਤਮ ਹੁੰਦਾ ਜਾਪਦਾ ਹੈ ਜਦੋਂ ਕਿ ਗੱਦੀ ਦੀ ਲੜਾਈ ਖੂਨ ਖਰਾਬੇ ਵੱਲ ਵੱਧਦੀ ਹੈ ਦਿਸ਼ਾ ਤੇ ਚਰਚਾ ਕਰਦੇ ਹੋਏ ਪੰਕਜ ਦਾ ਕਹਿਣਾ ਹੈ ਕਿ ਮੈਂ ਇਹ ਸੀਜ਼ਨ ਨਹੀਂ ਦੇਖਿਆ ਮੈਂ ਸਿਰਫ ਆਪਣੇ ਸੀਨ ਦੇਖੇ ਹਨ ਕਾਲੀਨ ਭయ్యా ਨੇ ਕੋਈ ਹਿੰਸਾ ਨਹੀਂ ਕੀਤੀ ਅਤੇ ਅੰਤ ਵਿੱਚ ਉਸ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ ਇਸ ਸੀਰੀਜ਼ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਤਰਸਰ ਲੋਕ ਅਜਈਆਂ ਫਿਲਮਾਂ ਸੀਰੀਜ਼ ਨੂੰ ਪਸੰਦ ਕਰਦੇ ਹਨ ਜੋ ਉਹਨਾਂ ਦੇ ਆਪਣੇ ਆਲੀ ਦੁਆੜੇ ਦੀ ਘਟਨਾ ਨੂੰ ਬਿਆਨ ਕਰਦੀ ਹੈ ਅਜਿਹਾ ਇਸ ਦੇ ਵਿੱਚ ਵੀ ਦਿਖਾਇਆ ਗਿਆ ਹੈ ਅਦਾਕਾਰਾ ਜਾਨਵੀ ਕਪੂਰ ਅਤੇ ਗੁਲਸ਼ਨ ਦਵਈਆ ਦੀ ਆਉਣ ਵਾਲੀ ਫਿਲਮ ਉਲਝਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਨੈਸ਼ਨਲ ਅਵਾਰਡ ਜੇਤੂ ਨਿਰਦੇਸ਼ਕ ਸੁਧਾਂਸ਼ੂ ਸਾਰਿਆਵਾਲੋਂ ਬਣਾਈ ਇਹ ਫਿਲਮ ਮੰਤਰੀ ਕੂਟਨੀਤੀ ਦੀਆਂ ਬਰੀਕੀਆਂ ਨੂੰ ਉਜਾਗਰ ਕਰਦੀ ਹੈ ਟ੍ਰੇਲਰ ਵਿੱਚ ਜਾਨਵੀ ਨੇ ਸਭ ਤੋਂ ਛੋਟੀ ਉਮਰ ਦੀ ਡਿਪਟੀ ਹਾਈ ਕਮਿਸ਼ਨਰ ਸੋਹਨਾ ਪਟਿਆ ਦਾ ਕਿਰਦਾਰ ਨਿਭਾਇਆ ਹੈ ਜਾਨਵੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਹ ਇੰਨੀ ਨਿੱਕੀ ਉਮਰ ਦੇ ਵਿੱਚ ਅਜਿਹੇ ਕਿਰਦਾਰ ਨਿਭਾ ਰਹੀ ਹੈ ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਕਿਉਂਕਿ ਟ੍ਰੇਲਰ ਤੋਂ ਮੈਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ ਟ੍ਰੇਲਰ ਦਰਸ਼ਕਾਂ ਦੇ ਮੰਨਾਂ ਵਿੱਚ ਸ਼ੱਕ ਪੈਦਾ ਕਰਦਾ ਹੈ ਕਿ ਉਸ ਦੀ ਅਨੁਯੁਕਤੀ ਭਾਈ ਭਤੀਜਾ ਆਵਾਦਵਜ ਹੋਈ ਹੈ ਫਿਲਮ ਬਾਰੇ ਗੱਲ ਕਰਦੇ ਹਾਂ ਜਾਨਵੀ ਦਾ ਕਹਿਣਾ ਹੈ ਕਿ ਫਿਲਮ ਉਸ ਲਈ ਖਾਸ ਹੈ ਕਿਉਂਕਿ ਉਸਨੇ ਪਹਿਲੀ ਵਾਰ ਇੱਕ ਰਾਜਦੂਤ ਦੀ ਬਹੁਤ ਚੁਣੌਤੀਪੂਰਨ ਭੂਮਿਕਾ ਨਿਭਾਈ ਹੈ ਫਿਲਮ ਵਿੱਚ ਜਾਨਵੀ ਦਾ ਕਿਰਦਾਰ ਲੰਡਨ ਸਫਾਰਸ਼ਖਾਨੇ ਵਿੱਚ ਆਪਣੀ ਅਹਿਮ ਅਸਾਈਨਮੈਂਟ ਦੌਰਾਨ ਇੱਕ ਧੋਖੇਬਾਜ਼ ਨਿੱਜੀ ਸਾਜ਼ਿਸ਼ ਵਿੱਚ ਉਲਝਿਆ ਹੋਇਆ ਹੈ ਫਿਲਮ ਵਿੱਚ ਰੋਸ਼ਨ ਮੈਥਿਊ ਆਦਿਲ ਹੁਸੈਨ ਰਾਜੇਸ਼ ਤੈਲੰਗ ਮਿਆਂਗ ਚਾਂਗ ਰਜਿੰਦਰ ਗੁਪਤਾ ਤੇ ਜਤਿੰਦਰ ਜੋਸ਼ੀ ਵੀ ਹਨ ਨਿਰਦੇਸ਼ਕ ਸੁਨਦਾਸ਼ੂ ਸਾਰਿਆ ਨੇ ਕਿਹਾ ਹੈ ਕਿ ਫਿਲਮ ਉਲਜ ਆਖਰਕਾਰ ਵਿਕਲਪਾਂ ਦੀ ਸਮੱਸਿਆ ਬਾਰੇ ਹੈ ਅਤੇ ਇਸ ਨੇ ਕਮੰਤਰੀ ਕੂਟਨੀਤੀ ਦੀਆਂ ਬਰੀਕੀਆਂ ਨੂੰ ਉਜਾਗਰ ਕੀਤਾ ਹੈ। ਅਭਿਨੇਤਾ ਸੁਸ਼ਾਂਤ ਦਿਵਗੀਕਰ ਅਜਿਹੇ ਕਲਾਕਾਰ ਹਨ ਜੋ ਵੱਖ-ਵੱਖ ਭੂਮਿਕਾ ਦੇ ਲਈ ਜਾਣੇ ਜਾਂਦੇ ਹਨ। 36 ਡੇਜ਼ ਅਜਿਹਾ ਕ੍ਰਾਈਮ ਥ੍ਰਿਲਰ ਹੈ ਜਿਸ ਨੂੰ ਸੋਨੀ ਲਿਫਟ ਤੇ ਲਾਂਚ ਕੀਤਾ ਗਿਆ ਹੈ। ਸੁਸ਼ਾਂਤ ਨੇ ਜਿੰਨੇ ਵੀ ਰੋਲ ਕੀਤੇ ਹਨ ਸਾਰਿਆਂ ਵਿੱਚ ਉਸ ਨੂੰ ਪਸੰਦ ਕੀਤਾ ਗਿਆ ਹੈ। ਸੁਸ਼ਾਂਤ ਇਸ ਸੀਰੀਜ਼ ਦੇ ਵਿੱਚ ਤਾਰਾ ਦੀ ਭੂਮਿਕਾ ਵਿੱਚ ਨਜ਼ਰ ਆ ਰਿਹਾ ਹੈ। ਇਸ ਸ਼ੋਅ ਵਿੱਚ ਇੱਕ 트랜ਸਜੈਂਡਰ ਕਿਰਦਾਰ ਨਿਭਾ ਰਿਹਾ ਹੈ। ਇਸ ਸ਼ੋਅ ਵਿੱਚ ਇੱਕ ਸਿੰਗਰ ਦੇ ਰੂਪ ਵਿੱਚ ਪਰਫਾਰਮ ਕਰਦੇ ਹੋਏ ਦਿਖਾਈ ਦੇ ਰਿਹਾ ਹੈ। ਇਸ ਮੌਕੇ ਸੁਸ਼ਾਂਤ ਦਾ ਕਹਿਣਾ ਹੈ ਕਿ ਤਾਰਾ ਦੀ ਇਸ ਭੂਮਿਕਾ ਦੇ ਲਈ ਉਸਨੇ ਕਾਫੀ ਮਿਹਨਤ ਕੀਤੀ ਹੈ। 36 ਡੇਜ਼ ਦਾ ਨਿਰਮਾਣ ਅਪਲਾਜ ਐਂਟਰਟੇਨਮੈਂਟ ਅਤੇ BBC ਸਟੂਡੀਓਜ਼ ਇੰਡੀਆ ਦੁਆਰਾ ਕੀਤਾ ਗਿਆ ਹੈ। ਇਹਦਾ ਨਿਰਦੇਸ਼ਨ ਵਿਸ਼ਾਲ ਫੁਰੀਆ ਨੇ ਕੀਤਾ ਹੈ। ਇਹ ਇੱਕ ਬਹੁਤ ਹੀ ਰੋਮਾਂਚਕ ਸੀਰੀਜ਼ ਹੈ ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਮਸ਼ਹੂਰ ਪੰਜਾਬੀ ਗਾਇਕ ਅਤੇ اداکار ਸਰਬਜੀ ਚੀਮਾ ਇਨੀ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ ਇਸ ਦੀ ਵਜ੍ਹਾ ਉਹਨਾਂ ਦਾ ਕੋਈ ਨਵਾਂ ਗੀਤ ਜਾਂ ਨਵੀਂ ਫਿਲਮ ਨਹੀਂ ਸਗੋ ਉਹਨਾਂ ਦੇ ਪੁੱਤਰ ਦਾ ਵਿਆਹ ਹੈ ਦਰਸਲ ਗਾਇਕ ਸਰਬਜੀ ਦੇ ਪੁੱਤਰ ਸੁਖਮਨ ਚੀਮਾ ਵਿਆਹ ਦੇ ਵੰਦਨ ਵਿੱਚ ਵਜੇ ਹਨ ਉਹਨਾਂ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਇਸ ਤੋਂ ਇਲਾਵਾ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰam ਦੀ ਸਟੋਰੀ ਵਿੱਚ ਵੀ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਜਾਣਕਾਰੀ ਮੁਤਾਬਕ ਸੁਖਮਨ ਚੀਮਾ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਦੇ ਵੰਦਨ ਵਿੱਚ ਭਜੇ ਹਨ। ਇਸ ਮੌਕੇ ਤੇ ਸਰਬਜੀਤ ਚੀਮਾ ਤੇ ਉਹਨਾਂ ਦਾ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਅਤੇ ਆਪਣੇ ਬੇਟੇ ਅਤੇ ਨੂੰਹ ਨੂੰ ਅਸ਼ੀਰਵਾਦ ਦਿੰਦਾ ਦਿਖਾਈ ਦੇ ਰਿਹਾ ਹੈ। ਸਰਬਜੀਤ ਚੀਮਾ ਨੂੰ ਚਾਣ ਵਾਲੇ ਉਹਨਾਂ ਨੂੰ ਵਧਾਈ ਦੇ ਰਹੇ ਹਨ।